दोस्तों पंजाबी सिंगर सिद्धू मूसेवाला जिसका कि अज के समय में कोई तोड़ नहीं है। तो दोस्तों सिद्धू मूसेवाले बारे दो तीन वड्डियां अपडेट्स लैके तुहाडे सामने हाजिर होए हाँ। शुरू करदे हां सिद्धू ते जॉर्डन संधू तो। जॉर्डन संधू ने हाल ही अपनी गड्डी विच सिद्धू दे गाने चलाए ते दोस्तों सिद्धू ने भी जॉर्डन संधू दे डिफेंड गाने नूं काफी वार अपने ट्रैक्टर ते गड्डी विच चला के सपोर्ट कीती सी। ते दोस्तों इस विच खास गल इह है कि जॉर्डन संधू ते सिद्धू मूसेवाले दी कलैब भी हो रही है ते इह गाना भी नाट 11 रिकॉर्ड ते ही आउणा। पर फिलहाल दोस्तों सिद्धू दा जेल गाने आउण दे चांस हन। सिद्धू का जो पुराना ऑफिशियल चैनल है उसते जेल गाना आना। म्यूजिक प्रोड्यूसर स्नैपी वीड ने दसिया कि सिद्धू नाल उहनां दे तीन गाने आने ने ते जिन्हां विच एक गाना जेल है ते यही महीने गाना आ भी सकदा। ते दोस्तों जेल गाने का एक जो पैरा लीक होया सी ओ भी फैना ने बहुत पसंद किया सी ते उस एक पैरे तो ही लगता है कि जेल गाना हिट रहेगा ही रहेगा। बाकी जे ते सिद्धू दा नाम ही आ गया वह गाना हिट होना स्वाभाविक है। ते दोस्तों वधदे आं अगली अपडेट वाल। रुपिंदर हांडा जो कि सिद्धू मूसेवाले नूं अक्सर सपोर्ट करती रहती है ते सिद्धू ने भी अपने जवाब वाले लाइव विच रुपिंदर हांडा की सपोर्ट ਕੀਤੀ ਸੀ ਤੇ ਹੁਣ ਉਸ ਦਾ ਗਾਣਾ ਆਉਣ ਵਾਲਾ ਸਿੱਧੂ ਦੀ ਸਪੋਰਟ ਵਿੱਚ। ਤੇ ਦੋਸਤੋ ਇਸ ਤੋਂ ਇਲਾਵਾ ਉਸਨੇ ਕੁਝ ਪੋਸਟਾਂ ਪਾਈਆਂ ਹਨ ਤੇ ਜਿਨ੍ਹਾਂ ਵਿੱਚ ਲਿਖਿਆ ਧਮਾਕਾ ਹੋਣ ਵਾਲਾ ਸਮਝੋ ਲੀਰੋ ਬਚੋ ਜਿੰਨਾ ਬਚ ਹੁੰਦਾ ਤੇ ਅਗਲੀ ਪੋਸਟ ਵਿੱਚ ਲਿਖਿਆ ਗਲਤ ਦਾ ਵਿਰੋਧ ਖੁੱਲ ਕੇ ਕਰੋ ਚਾਹੇ ਰਾਜਨੀਤੀ ਹੋਵੇ ਜਾਂ ਸਮਾਜ ਇਤਿਹਾਸ ਆਵਾਜ਼ ਚੁੱਕਣ ਵਾਲਿਆਂ ਦਾ ਲਿਖਿਆ ਜਾਂਦਾ ਤਲੀਆਂ ਚੱਟਣ ਵਾਲਿਆਂ ਦਾ ਨਹੀਂ। ਗਾਣੇ ਦੇ ਇੱਕ ਪੈਰੇ 'ਚ ਤਾਂ ਲੀਰਾਂ ਕਹਿ ਕੇ ਵਿਰੋਧੀਆਂ ਨੂੰ ਜਵਾਬ ਦਿੱਤੇ ਹਨ ਤੇ ਦੇਖੋ ਪੂਰੇ ਗਾਣੇ ਵਿੱਚ ਕੀ ਜਵਾਬ ਦਿੱਤੇ ਨੇ ਰੁਪਿੰਦਰ ਹਾਂਡਾ ਨੇ ਵਿਰੋਧੀਆਂ ਨੂੰ। ਬਾਕੀ ਦੋਸਤੋ ਗੁਲਾਬ ਸਿੱਧੂ ਉਸਨੇ ਵੀ ਪੋਸਟ ਪਾਈ ਹੈ ਕਿ ਸਿੱਧੂ ਨਾਲ ਗਾਣਾ ਜਲਦ ਹੀ ਆ ਰਿਹਾ ਗਾਣਾ ਤਿਆਰ ਹੈ। ਤੇ ਦੋਸਤੋ ਸਿੱਧੂ ਕੋਲ ਗਾਣੇ ਹੀ ਕਾਫੀ ਜ਼ਿਆਦਾ ਇਕੱਠੇ ਹਨ ਤੇ ਇਹੀ ਗੱਲ ਦੀ ਕਨਫਿਊਜ਼ਨ ਵੀ ਹੈ ਕਿ ਕਿਹੜਾ ਗਾਣਾ ਪਹਿਲਾਂ ਰਿਲੀਜ਼ ਕਰੀਏ ਕਿਹੜਾ ਬਾਅਦ 'ਚ। ਤੇ ਦੋਸਤੋ ਆਖਰੀ ਤੇ ਖਾਸ ਅਪਡੇਟ ਹੈ ਕਿ ਮਨਿੰਦਰ ਬਾੜ ਜਿਸ ਨੇ ਕਿ ਸਿੱਧੂ ਨੂੰ ਚੈਲੰਜ ਕੀਤਾ ਸੀ ਕਿ ਮੇਰੇ ਨਾਲ ਬਰਾਬਰ ਅਖਾੜਾ ਲਗਾ ਬੋਲੀਆਂ ਪਾ ਇਦਾਂ ਦਾ ਕੁਝ, ਉਸਨੇ ਪੋਸਟ ਡਿਲੀਟ ਕਰ ਦਿੱਤੀ ਹੈ ਤੇ ਡਿਲੀਟ ਕਰਨ ਤੋਂ ਬਾਅਦ ਉਹ ਲਾਈਵ ਆਇਆ ਤੇ ਉਸਨੇ ਕਿਹਾ ਕਿ ਮੈਂ ਆਪਣੇ ਕਿਸੇ ਦੋਸਤ ਦੇ ਕਹਿਣ ਤੇ ਇਹ ਪੋਸਟ ਡਿਲੀਟ ਕੀਤੀ ਤੇ ਮਨਿੰਦਰ ਬਾੜ ਨੇ ਇਹ ਵੀ ਕਿਹਾ ਕਿ ਮੈਂ ਸਿੱਧੂ ਦੇ ਗਾਣੇ ਨੂੰ ਸੁਣਦਾ ਪਰ ਲਾਈਵ ਵਿੱਚ ਬਾਕੀ ਸਿੰਗਰਾਂ ਨੂੰ ਮਾੜਾ ਚੰਗਾ ਬੋਲਣਾ ਸਹੀ ਨਹੀਂ। ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਸਿੱਧੂ ਉਹਨਾਂ ਸਿੰਗਰਾਂ ਨੂੰ ਹੀ ਬੋਲਦਾ ਜਿਨ੍ਹਾਂ ਨਾਲ ਉਸਦਾ ਆਪਸੀ ਮਾਮਲਾ ਚੱਲ ਰਿਹਾ ਹੋਵੇ, ਬਾਕੀ ਸਿੰਗਰਾਂ ਨੂੰ ਉਸਨੇ ਕਦੇ ਕੁਝ ਨਹੀਂ ਕਿਹਾ। ਸੋ ਕਿਸੇ ਵੀ ਗੱਲ ਨੂੰ ਆਪਣੇ ਤੇ ਲਿਜਾਣਾ ਇਹ ਵੀ ਤਾਂ ਸਹੀ ਨਹੀਂ। ਤੇ ਦੋਸਤੋ ਬਾਕੀ ਜੇ ਗੱਲ ਕਰੀਏ ਸਿੱਧੂ ਦੇ ਆਉਣ ਵਾਲੇ ਨਵੇਂ ਪ੍ਰੋਜੈਕਟ ਦੀ ਤਾਂ ਬਾਲੀਵੁੱਡ ਤੇ ਹਾਲੀਵੁੱਡ ਦੇ ਸਿੰਗਰਾਂ ਤੇ ਰੈਪਰਾਂ ਨਾਲ ਗਾਣੇ ਆ ਰਹੇ ਹਨ ਤੇ ਸਾਰੇ ਹੀ ਕਲੈਬ ਵਾਲੇ ਗਾਣੇ ਨਾਟ 11 ਰਿਕਾਰਡ ਤੇ ਆਉਣਗੇ ਤੇ ਸਿੱਧੂ ਦੇ ਜੋ ਇਕੱਲੇ ਵਾਲੇ ਗਾਣੇ ਹਨ ਉਹ ਸਾਰੇ ਪੁਰਾਣੇ ਅਫੀਸ਼ੀਅਲ ਚੈਨਲ ਤੇ ਆਉਣਗੇ। ਨਾਟ 11 ਰਿਕਾਰਡ ਦੇ 2 ਹਫ਼ਤਿਆਂ ਬਾਅਦ ਗਾਣਾ ਆ ਜਾਇਆ ਕਰਨਾ ਤੇ ਦੂਜੇ ਪੁਰਾਣੇ ਅਫੀਸ਼ੀਅਲ ਚੈਨਲ ਤੇ 10 ਦਿਨਾਂ ਬਾਅਦ ਜਾਂ 20 ਦਿਨਾਂ ਬਾਅਦ ਵੀ ਗਾਣਾ ਆ ਸਕਦਾ। ਜੋ ਖਾਸ ਗੱਲ ਹੈ ਕਿ ਹਰੇਕ ਗਾਣਾ ਪਿਛਲੇ ਗਾਣੇ ਦੇ ਪ੍ਰੋਜੈਕਟ ਤੋਂ ਵੱਡਾ ਹੋਵੇਗਾ। ਸਾਰਾ ਅਲੀ ਖਾਨ ਉਸ ਨਾਲ ਵੀ ਸਿੱਧੂ ਦਾ ਗਾਣਾ ਆਉਣਾ ਤੇ ਹਾਲੀਵੁੱਡ ਵਿੱਚੋਂ ਡਰੇਕ ਨਾਲ ਵੀ ਸਿੱਧੂ ਦਾ ਗਾਣਾ ਆਉਣਾ ਤੇ ਸਿੱਧੂ ਨੇ ਆਪਣੇ ਲਾਈਵ ਵਿੱਚ ਵੀ ਇਹ ਗੱਲ ਕਹੀ ਸੀ ਕਿ ਜੋ ਹੁਣ ਤੱਕ ਗਾਣੇ ਆਏ ਹਨ ਉਹ ਤਾਂ ਹਲੇ ਟੁੱਟ ਭੱਜ ਹੈ, ਅਸਲੀ ਗਾਣੇ ਤਾਂ ਹਲੇ ਆਉਣੇ ਹਨ। ਤੇ ਜਰਾ ਸੋਚੋ ਜੇ ਟੁੱਟ ਭੱਜ ਵਾਲਿਆਂ ਨੇ ਹੀ ਇੰਡਸਟਰੀ ਹਿਲਾਈ ਪਈ ਹੈ ਤਾਂ ਅਗਲੇ ਗਾਣਿਆਂ ਨਾਲ ਕੀ ਹੋਵੇਗਾ। ਤੇ ਦੋਸਤੋ ਜੇਕਰ ਤੁਸੀਂ ਵੀ ਸਿੱਧੂ ਮੂਸੇਵਾਲੇ ਦੇ ਕੱਟੜ ਫੈਨ ਹੋ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਪੋਰਟ ਜ਼ਰੂਰ ਕਰਿਓ। ਧੰਨਵਾਦ।